ਸਤ ਸ੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ ਔਰ ਪ੍ਰਾਈਮ ਏਸ਼ੀਆ ਟੀਵੀ ਦੇ ਆਪਣੇ ਪ੍ਰਾਈਮ ਹਿਸਟਰੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਦੋਸਤੋ, ਮੈਂ ਦੱਸ ਰਿਹਾ ਸੀ ਪੁਰਾਣੇ ਪ੍ਰੋਗਰਾਮਸ ਦੇ ਵਿੱਚ ਕਿ ਕਿਵੇਂ 19ਵੀਂ ਸਦੀ ਦੇ ਅਖੀਰ ਅਤੇ 20ਵੀਂ ਸਦੀ ਦੇ ਸ਼ੁਰੂ ਦੇ ਵਿੱਚ ਆਪਣੇ ਜਿਹੜੇ ਭਾਰਤੀ ਨੇ ਆਪਣੇ ਪੰਜਾਬੀ ਕੈਨੇਡਾ ਵਿੱਚ ਆਉਣੇ ਸ਼ੁਰੂ ਹੋਏ ਤਾਂ ਇੱਥੇ ਉਹਨਾਂ ਨੇ ਬੜੀ ਲੰਬੀ ਮਿਹਨਤ ਮੁਸ਼ਕਤ ਘਾਲਣਾ ਘਾਲੀ, ਉਹਨਾਂ ਨੂੰ ਵਿਤਕਰੇ ਦਾ ਸਾਹਮਣਾ ਵੀ ਕਰਨਾ ਪਿਆ। ਔਰ ਡਾਕਟਰ ਵਰਿਆਮ ਸਿੰਘ ਸੰਧੂ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਨੇ, ਉਹਨਾਂ ਦੇ ਨਾਲ ਅਗਲੀ ਗੱਲਬਾਤ ਆਪਾਂ ਕਰਦੇ ਹਾਂ। ਸੋ ਡਾਕਟਰ ਸਾਹਿਬ, ਤੁਸੀਂ ਮੈਨੂੰ ਪਹਿਲੇ ਪ੍ਰੋਗਰਾਮਸ ਦੇ ਵਿੱਚ ਕਿਤੇ ਦੱਸਿਆ ਸੀਗਾ ਕਿ ਜਦੋਂ ਆਪਣੇ ਮੁੱਢਲੇ ਸਾਲਾਂ ਦੇ ਵਿੱਚ ਭਾਰਤੀ ਇੱਥੇ ਆਏ ਤਾਂ ਉਹਨਾਂ ਦੇ ਮਿਲ ਬੈਠਣ ਦੀ ਕੋਈ ਸਾਂਝੀ ਜਗ੍ਹਾ ਨਹੀਂ ਸੀਗੀ ਜਿੱਥੋਂ ਬੈਠਦੇ ਆਪਣਾ ਦੁੱਖ ਸੁੱਖ ਫੋਲਦੇ ਅਤੇ ਉਹਨਾਂ ਦੁੱਖਾਂ ਮੁਸ਼ਕਲਾਂ ਦਾ ਕੋਈ ਇਲਾਜ ਲੱਭਦੇ। ਮੰਨ ਲਓ ਕਿਤੇ ਪਾਰਕ ਦੇ ਵਿੱਚ ਖੜ੍ਹੇ ਨੇ ਉਹ ਅਤੇ ਉੱਥੇ ਪੁਲਿਸ ਆ ਜਾਂਦੀ, ਉਹਨਾਂ ਨੂੰ ਵਿਚਾਰਿਆਂ ਨੂੰ ਭਜਾ ਦਿੰਦੀ, ਤਾਂ ਫਿਰ ਉਹਨਾਂ ਨੇ ਸੋਚਿਆ ਕਿਉਂ ਨਾ ਸਾਂਝੀ ਉਸਾਰੀ ਅਧੀਨ ਇੱਕ ਗੁਰਦੁਆਰਾ ਜਿਹੜਾ ਜੀ ਉਹ ਬਣਾ ਲਿਆ ਜਾਵੇ। ਫਿਰ ਖਾਲਸਾ ਦੀਵਾਨ ਸੁਸਾਇਟੀ ਉਹਨਾਂ ਨੇ ਬਣਾਈ ਅਤੇ ਇੱਕ ਗੁਰਦੁਆਰੇ ਦਾ ਜਿਹੜਾ ਜੀ ਉਸਾਰੀ ਸ਼ੁਰੂ ਕੀਤੀ, ਗੁਰਦੁਆਰਾ ਸਿੱਖ ਟੈਂਪਲ। ਅਤੇ ਗੁਰਦੁਆਰਾ ਸਿੱਖ ਟੈਂਪਲ ਮੈਨੂੰ ਯਾਦ ਆ ਕਿ ਪਿਛਲੇ ਦਿਨ ਮੈਂ ਖਬਰਾਂ ਦੇ ਵਿੱਚ ਪੜ੍ਹਿਆ ਸੀਗਾ ਰੋਸ ਸਟਰੀਟ ਦੇ ਉੱਪਰ ਵੈਨਕੂਵਰ ਇੱਕ ਗੁਰਦੁਆਰੇ ਨੂੰ ਅੱਗ ਲਗਾ ਦਿੱਤੀ ਗਈ ਸੀਗੀ। ਕੀ ਉਹੀ ਗੁਰਦੁਆਰਾ ਸੀਗਾ? ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋਗੇ ਜੀ ਸਾਨੂੰ? ਇਹ ਚਲੋ, ਇਹ ਚੰਗੀ ਗੱਲ ਹੋਈ ਤੁਸੀਂ ਅੱਜ ਜਿਹੜਾ ਨਾਲ ਰੋਸ ਸਟਰੀਟ ਵਾਲੇ ਗੁਰਦੁਆਰੇ ਦੀ ਗੱਲ ਕੀਤੀ ਆ ਜੀ, ਕਿਉਂਕਿ ਇਹ ਜਿਹੜੀ ਖਾਲਸਾ ਦੀਵਾਨ ਸੁਸਾਇਟੀ ਉਸ ਵੇਲੇ ਸਾਡੇ ਲੋਕਾਂ ਨੇ ਜਿਹੜੇ ਕੈਨੇਡਾ 'ਚ ਆਏ ਸਨ ਨਾ ਬਣਾਈ, ਉਦੋਂ ਇੰਡੀਆ ਵਿੱਚ ਸਿੰਘ ਸਭਾ ਲਹਿਰ ਚੱਲ ਰਹੀ ਸੀਗੀ ਅਤੇ ਉਹ ਸਿੰਘ ਸਭਾ ਲਹਿਰ ਵੱਲੋਂ ਨਾ ਖਾਲਸਾ ਦੀਵਾਨ ਜਿਹੜੇ ਸਨ, ਖਾਲਸਾ ਦੀਵਾਨ ਅੰਮ੍ਰਿਤਸਰ, ਖਾਲਸਾ ਦੀਵਾਨ ਲਾਹੌਰ ਜਿਹੜੇ ਸਨ ਇਹ ਬਣਾਏ ਗਏ, ਫਿਰ ਚੀਫ ਖਾਲਸਾ ਦੀਵਾਨ ਬਣਿਆ, ਇਹ ਸਾਂਝੀਆਂ ਜਥੇਬੰਦੀਆਂ ਸਨ। ਉਹਦੀ ਤਰਜ਼ ਦੇ ਉੱਤੇ ਇੱਥੇ ਪਹਿਲਾਂ ਤਾਂ ਸਾਡੇ ਲੋਕਾਂ ਨੇ ਖਾਲਸਾ ਦੀਵਾਨ ਸੁਸਾਇਟੀ ਬਣਾਈ, ਕਿਉਂਕਿ ਜਿਹੜੇ ਸਾਡੇ ਇੱਥੇ ਲੋਕ ਆਏ ਸਨ ਨਾ ਉਹਨਾਂ ਵਿੱਚੋਂ ਬਹੁਤੀ ਗਿਣਤੀ ਵਿੱਚ ਜਿਹੜੇ ਸਨ ਉਹ ਫੌਜੀ ਸਨ ਅਤੇ ਉਹਨਾਂ ਵਿੱਚੋਂ ਵੀ ਵੱਡੀ ਗਿਣਤੀ ਵਿੱਚ ਸਿੱਖ ਸਨ। ਤੋ ਸਿੱਖਾਂ ਦੀ ਵੱਡੀ ਗਿਣਤੀ ਸੀ, ਲਗਭਗ 80-85% ਸਿੱਖ ਸਨ। ਤੋ ਉਹਨਾਂ ਨੇ ਖਾਲਸਾ ਦੀਵਾਨ ਸੁਸਾਇਟੀ ਬਣਾ ਕੇ ਅਤੇ ਫਿਰ ਗੁਰਦੁਆਰਾ ਬਣਾਉਣ ਬਾਰੇ ਸੋਚਿਆ। ਭਾਈ ਅਰਜਨ ਸਿੰਘ ਇੱਕ ਸਿੰਘ ਸਨ ਜਿਹੜੇ ਆਪਣੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਇੱਥੇ ਲੈ ਕੇ ਆ ਗਏ ਸੀ ਇੰਡੀਆ ਤੋਂ। ਠੀਕ ਹੈ। ਤੋ ਪਹਿਲਾਂ ਤਾਂ ਉਹਨਾਂ ਨੇ ਇੱਕ ਕਿਰਾਏ ਦੇ ਉੱਤੇ ਮਕਾਨ ਲੈ ਕੇ ਅਤੇ ਉਹਦੇ ਵਿੱਚ ਜਿਹੜਾ ਸੀ ਗੁਰਦੁਆਰਾ ਬਣਾਇਆ ਅਤੇ ਫਿਰ ਜ਼ਮੀਨ ਖਰੀਦ ਲਈ ਅਤੇ ਜ਼ਮੀਨ ਖਰੀਦ ਕੇ ਅਤੇ 1908 ਦੀ ਜਨਵਰੀ ਦੇ ਵਿੱਚ ਬਕਾਇਦਾ ਜਿਹੜਾ ਸੀ ਗੁਰਦੁਆਰਾ ਸਿੱਖ ਟੈਂਪਲ ਜਿਹੜਾ ਉਹਦੀ ਉਸਾਰੀ ਹੋ ਚੁੱਕੀ ਸੀ ਅਤੇ ਉਹਦਾ ਉਦਘਾਟਨ ਹੋਇਆ। ਠੀਕ ਹੈ। ਇਸ ਗੁਰਦੁਆਰੇ ਦਾ ਜਿਹੜੇ ਸਾਡੇ ਇੰਡੋ ਕੈਨੇਡੀਅਨਸ ਲੋਕ ਸਨ ਉਹਨਾਂ ਦੇ ਇੱਥੇ ਸਥਾਪਿਤ ਹੋਣ ਵਿੱਚ, ਉਹਨਾਂ ਦੇ ਇੱਥੇ ਕੀਤੇ ਸੰਘਰਸ਼ ਦੇ ਵਿੱਚ ਬਹੁਤ ਹੀ ਲਾਸਾਨੀ ਅਤੇ ਇਤਿਹਾਸਿਕ ਯੋਗਦਾਨ ਹੈ। ਠੀਕ ਹੈ। ਜਿੰਨੇ ਵੀ ਸੰਘਰਸ਼ ਅੱਗੇ ਲੜੇ ਗਏ ਉਹ ਸਾਰੇ ਇਸੇ ਗੁਰਦੁਆਰੇ ਦੇ ਵਿੱਚੋਂ ਹੀ ਲੜੇ ਗਏ, ਤਾਂ ਉਹਨਾਂ ਦੀ ਬਾਤ ਵੀ ਆਪਾਂ ਪਾਵਾਂਗੇ। ਪਰ ਚੱਲਦੇ ਚੱਲਦੇ ਜਿਵੇਂ ਤੁਸੀਂ ਸਵਾਲ ਕੀਤਾ ਹੈ ਕਿ ਇਹ ਰੋਸ ਸਟਰੀਟ ਵਾਲਾ ਜਿਹੜਾ ਗੁਰਦੁਆਰਾ ਹੈ ਕਿ ਇਹ ਉਹੋ ਹੀ ਗੁਰਦੁਆਰਾ ਹੈ, ਪੁਰਾਣਾ ਗੁਰਦੁਆਰਾ, ਤਾਂ ਮੈਂ ਕਹਿਣਾ ਚਾਹਾਂਗਾ ਕਿ ਇਹ ਹੈ ਤਾਂ ਉਸੇ ਹੀ ਖਾਲਸਾ ਦੀਵਾਨ ਸੁਸਾਇਟੀ ਜਿਹੜੀ ਕਿ ਉਹਨਾਂ ਨੇ ਬਣਾਈ ਸੀ ਉਸ ਵੇਲੇ ਬਾਬਿਆਂ ਨੇ, ਉਹਦੀ ਕੰਟੀਨਿਊਟੀ, ਉਹਦੀ ਲਗਾਤਾਰਤਾ ਵਿੱਚ ਉਹੋ ਹੀ ਜਿਹੜੀ ਕਮੇਟੀ ਆ ਨਾ ਅੱਗੇ ਨਵੀਆਂ ਪੀੜ੍ਹੀਆਂ ਜਿਹੜੀਆਂ ਬਦਲਦੀਆਂ ਆਈਆਂ ਅਤੇ ਉਹੋ ਹੀ ਕੰਟੀਨਿਊ ਕਰਦੀ ਪਈ ਆ, ਔਰ ਉਹ ਸਿਲਸਿਲਾ ਜਿਹੜਾ ਲਗਾਤਾਰ ਜੇ ਤੱਕ ਚੱਲਦਾ ਪਿਆ। ਪਰ ਇਹ ਗੁਰਦੁਆਰਾ ਰੋਸ ਸਟਰੀਟ ਵਾਲਾ ਹੈ ਨਾ, ਇਹ ਗੁਰਦੁਆਰਾ ਉਹ ਗੁਰਦੁਆਰਾ ਨਹੀਂ ਹੈਗਾ। ਬਹੁਤ ਸਾਲ ਪਹਿਲਾਂ ਜਿਹੜਾ ਪਹਿਲਾ ਗੁਰਦੁਆਰਾ ਸੀ ਨਾ ਉਹ ਤਜਾਰਤੀ ਏਰੀਏ ਦੇ ਵਿੱਚ ਆਉਣ ਕਰਕੇ ਅਤੇ ਉਸ ਗੁਰਦੁਆਰੇ ਨੂੰ ਸੈਕਿੰਡ ਐਵੇਨਿਊ ਦੇ ਉੱਤੇ ਸੀਗਾ ਉਹ ਗੁਰਦੁਆਰਾ। ਠੀਕ ਹੈ ਜੀ। ਉਹ ਗੁਰਦੁਆਰਾ ਜਿਹੜਾ ਸੀਗਾ ਕਿ ਉਸ ਵੇਲੇ ਦੀ ਕਮੇਟੀ ਨੇ ਵੇਚ ਕੇ ਅਤੇ ਇਹ ਜਿਹੜਾ ਸੀ ਗੁਰਦੁਆਰਾ ਇੱਥੇ ਨਵੇਂ ਥਾਂ ਦੇ ਉੱਤੇ ਖੁੱਲ੍ਹੇ ਥਾਂ 'ਤੇ ਉਹਨਾਂ ਨੇ ਬਣਾਇਆ। ਉਹਨਾਂ ਦਾ ਮਕਸਦ ਇਹ ਸੀ ਕਿ ਉਹ ਥਾਂ ਥੋੜ੍ਹਾ ਤਜਾਰਤੀ ਏਰੀਆ ਅਤੇ ਇੱਥੇ ਅਸੀਂ ਗੁਰਦੁਆਰਾ ਖੁੱਲ੍ਹੇ ਥਾਂ ਦੇ ਉੱਤੇ ਬਣਾਵਾਂਗੇ, ਵੱਡਾ ਗੁਰਦੁਆਰਾ ਉਸਾਰਾਂਗੇ ਜੀ। ਪਰ ਇਹ ਗੱਲ ਜਿਹੜੀ ਆ ਨਾ ਇਹ ਬੜੀ ਆਪਣੇ ਆਪ ਵਿੱਚ ਦੁਖਦਾਈ ਗੱਲ ਹੈਗੀ ਆ, ਕਿਉਂਕਿ ਜਿਹੜੀਆਂ ਹਿਸਟੋਰੀਕਲ ਇਮਾਰਤਾਂ ਹੁੰਦੀਆਂ ਨੇ ਨਾ ਉਹਨਾਂ ਦੀ ਇੱਕ ਆਪਣੀ ਖੁਸ਼ਬੂ ਹੁੰਦੀ ਹੈ, ਉਹਨਾਂ ਦੀ ਇੱਕ ਆਪਣੀ ਤਾਜ਼ਗੀ ਹੁੰਦੀ ਹੈ, ਉਹਨਾਂ ਦਾ ਇੱਕ ਆਪਣਾ ਇਤਿਹਾਸ ਹੁੰਦਾ ਹੈ। ਜਦੋਂ ਕੋਈ ਬੰਦਾ ਉਸ ਥਾਂ ਨੂੰ ਦੇਖਦਾ ਆ ਅਤੇ ਉਹ ਆਪਣੇ ਆਪ ਨੂੰ ਉਹਨਾਂ ਸਮਿਆਂ ਦੇ ਵਿੱਚ ਤੁਰਦਾ ਫਿਰਦਾ ਮਹਿਸੂਸ ਕਰਦਾ ਹੈ, ਉਹਨਾਂ ਸਮਿਆਂ ਦੇ ਵਿੱਚ ਸਾਹ ਲੈਂਦਾ ਮਹਿਸੂਸ ਕਰਦਾ ਹੈ। ਜਿਵੇਂ ਮੈਂ ਜਦੋਂ 5 ਵੁੱਡ ਸਟਰੀਟ ਦੇ ਉੱਤੇ ਸਨ ਫਰਾਂਸਿਸਕੋ ਗਿਆ
ਭਾਵੇਂ ਉਹ ਇਮਾਰਤ ਪਹਿਲਾਂ ਵਾਲੀ ਨਹੀਂ ਹੈਗੀ, ਇਮਾਰਤ ਬਦਲ ਦਿੱਤੀ ਗਈ ਆ, ਪਰ ਮੈਨੂੰ ਇੱਥੇ ਇਹ ਅਹਿਸਾਸ ਹੋਇਆ ਕਿ ਇਹ ਜਿਹੜੀ ਸੜਕ ਹੈਗੀ ਆ ਫਾਈਵਵੁੱਡ ਸਟਰੀਟ ਵਾਲੀ ਇਸ ਇਮਾਰਤ ਦੇ ਸਾਹਮਣੇ, ਇਹਦੇ ਉੱਤੇ ਕਦੀ ਕਰਤਾਰ ਸਿੰਘ ਸਰਾਭੇ ਦੇ ਪੈਰ ਪੈਂਦੇ ਹੋਣਗੇ, ਇੱਥੇ ਬਾਬਾ ਸੋਹਣ ਸਿੰਘ ਭਕਨਾ ਜਿਹੜਾ ਸੀ ਉਹ ਵੀ ਤੁਰ ਕੇ ਇਸ ਪਾਸੇ ਅੰਦਰ ਜਾਂਦਾ ਹੋਵੇਗਾ। ਤੋ ਇਹ ਅਹਿਸਾਸ ਜਿਹੜਾ ਨਾ ਆਪਣੇ ਆਪ ਵਿੱਚ ਬੜਾ ਖੂਬਸੂਰਤ ਅਤੇ ਰੋਮਾਂਚਕ ਅਹਿਸਾਸ ਹੈਗਾ। ਪਰ ਸਾਡੇ ਜਿਹੜੇ ਲੋਕ ਨੇ ਨਾ, ਸਾਡੇ ਲੋਕ ਇਸ ਇਤਿਹਾਸਕ ਗੌਰਵ ਨੂੰ ਜਿਹੜਾ ਉਹ ਪਛਾਣਦੇ ਨਹੀਂ ਗੇ, ਸਮਝਦੇ ਨਹੀਂ ਹੈਗੇ। ਔਰ ਇਹੋ ਹੀ ਕਾਰਨ ਹੈ ਕਿ ਹਿੰਦੁਸਤਾਨ ਦੇ ਵਿੱਚ ਵੀ ਜਿਹੜੀਆਂ ਸਾਡੇ ਸੰਤ ਸੇਵਾ ਕਰਨ ਵਾਲੇ ਨੇ, ਕਾਰ ਸੇਵਾ ਕਰਨ ਵਾਲੇ, ਉਹਨਾਂ ਦੇ ਪੁਰਾਣੇ ਜਿਹੜੇ ਇਤਿਹਾਸਕ ਗੁਰਦੁਆਰੇ ਸੀਗੇ, ਉਹਨਾਂ ਦੀ ਜਿਹੜੀ ਪੁਰਾਣੀ ਦਿੱਖ ਸੀਗੀ, ਜਿਹੜੀ ਪੁਰਾਣੀ ਖੁਸ਼ਬੂ ਸੀ, ਪੁਰਾਣੀ ਖੂਬਸੂਰਤੀ ਜਿਹੜੀ ਸੀ, ਉਸ ਖੂਬਸੂਰਤੀ ਨੂੰ ਜਿਹੜਾ ਕਿ ਨਹੀਂ ਉਹਨਾਂ ਨੇ ਢਾ ਕੇ ਸਾਰਾ ਕੁਝ ਸੰਗਮਰਮਰ ਦੇ ਹੇਠਾਂ ਢੱਕ ਦਿੱਤਾ। ਇਹ ਵੀ ਬੜੀ ਦੁਖਦਾਈ ਗੱਲ ਹੈਗੀ ਆ। ਤੋ ਇਹ ਗੁਰਦੁਆਰੇ ਦੀ ਗੱਲ ਜਿਹੜੀ ਰੌਸ ਸਟਰੀਟ ਦੀ ਜਿਹੜੀ ਆ, ਉਹ ਆਪਾਂ ਇਸ ਹਵਾਲੇ ਨਾਲ ਕਰ ਸਕਦੇ ਹਾਂ। ਗੱਲ ਆਪਾਂ ਉੱਥੇ ਫਿਰ ਪਰਤਦੇ ਹਾਂ ਕਿ ਉਸ ਗੁਰਦੁਆਰੇ ਨੇ ਜਿਹੜਾ ਸਿੱਖ ਟੈਂਪਲ ਬਣਿਆ ਸੀਗਾ, ਉਹਦਾ ਸਾਡੇ ਇੰਡੋ ਕਨੇਡੀਅਨ ਜਿਹੜੇ ਮੁੱਢਲੇ ਦੌਰ ਵਿੱਚ ਆਏ ਉਹਨਾਂ ਦੇ ਇੱਥੇ ਸੰਘਰਸ਼ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ। ਔਰ ਉਹਦੇ ਅੱਗੇ ਕਈ ਵਿਸਥਾਰ, ਕਈ ਡਿਟੇਲਸ ਨੇ। ਡਾਕਟਰ ਸਾਹਿਬ ਬਹੁਤ ਖੂਬ, ਔਰ ਇਸ ਵਿਸਥਾਰ ਦੀਆਂ ਜਿਹੜੀਆਂ ਗੱਲਾਂ ਨੇ, ਇਸ ਵਿਸਥਾਰ ਦੀਆਂ ਜਿਹੜੀਆਂ ਪਰਤਾਂ ਨੇ, ਹੋਰ ਵੀ ਤੁਹਾਡੇ ਕੋਲ ਜਾਣਾਂਗੇ। ਪਰ ਉਸ ਤੋਂ ਪਹਿਲਾਂ ਜੀ ਆਪਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ। ਤੁਸੀਂ ਜਾਣਾ ਕਿਤੇ ਨਹੀਂ, ਇੱਥੇ ਹੀ ਰਹਿਣਾ। ਡਾਕਟਰ ਬਰਿਆਮ ਸਿੰਘ ਸੰਧੂ ਨਾਲ ਅਜੇ ਹੋਰ ਡੂੰਘੀਆਂ ਵਡਮੁੱਲੀਆਂ ਗੱਲਾਂ ਬਾਤਾਂ ਆਪਾਂ ਕਰਨੀਆਂ ਨੇ, ਪਰ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ, ਅਤੇ ਤੁਸੀਂ ਵੇਖ ਰਹੇ ਹੋ ਆਪਣਾ ਪ੍ਰਾਈਮ ਹਿਸਟਰੀ। ਦੋਸਤੋ, ਪ੍ਰਾਈਮ ਹਿਸਟਰੀ ਦੇ ਵਿੱਚ ਡਾਕਟਰ ਬਰਿਆਮ ਸੰਧੂ ਹੁਣਾਂ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਕਿਵੇਂ 1908 ਦੇ ਵਿੱਚ ਗੁਰਦੁਆਰਾ ਸਿੱਖ ਟੈਂਪਲ ਵੈਨਕੂਵਰ ਦੇ ਵਿੱਚ ਖਾਲਸਾ ਦੀਵਾਨ ਸੁਸਾਇਟੀ ਨੇ ਜਿਹੜਾ ਜੀ ਉਹਦੀ ਉਸਾਰੀ ਕਰ ਲਈ, ਅਤੇ ਫਿਰ ਉੱਥੇ ਆਪਣੇ ਜਿਹੜੇ ਪੰਜਾਬੀ, ਆਪਣੇ ਹਿੰਦੀ ਭਾਈਚਾਰੇ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਸੋ ਡਾਕਟਰ ਸਾਹਿਬ, ਮੈਨੂੰ ਇਹ ਦੱਸੋ ਕਿ ਜਦੋਂ ਉੱਥੇ ਤੁਸੀਂ ਦੱਸਿਆ ਕਿ ਵੀ ਜਿਹੜਾ ਗੁਰਦੁਆਰਾ ਸਿੱਖ ਟੈਂਪਲ ਉਹ ਸਥਾਪਿਤ ਕਰ ਲਿਆ ਗਿਆ ਸੈਕਿੰਡ ਸਟਰੀਟ ਵੈਨਕੂਵਰ ਦੇ ਵਿੱਚ, ਫਿਰ ਉੱਥੇ ਮੈਂ ਕਿਤੋਂ ਪੜ੍ਹਿਆ ਸੀਗਾ ਕਿ ਉਹਦੀ ਉੱਪਰਲੀ ਮੰਜ਼ਿਲ ਦੇ ਉੱਪਰ ਜਿਹੜਾ ਸੀਗਾ ਪੂਜਾ ਪਾਠ ਔਰ ਸ਼ਬਦ ਕੀਰਤਨ ਹੁੰਦਾ ਸੀਗਾ, ਔਰ ਦੂਸਰੀ ਜਿਹੜੀ ਸੀਗੀ ਜਿਹੜਾ ਗਰਾਊਂਡ ਫਲੋਰ ਸੀਗਾ ਉੱਥੇ ਆਪਣੇ ਭਾਰਤੀ ਭਾਈਚਾਰੇ ਦੇ ਲੋਕ ਬੈਠਦੇ ਸੀ, ਆਪਣੇ ਮਸਲੇ ਵਿਚਾਰਦੇ ਸੀਗੇ, ਉਹਨਾਂ ਮੁਸ਼ਕਲਾਂ ਦਾ ਹੱਲ ਲੱਭਦੇ ਸੀਗੇ। ਕਿੱਦਾਂ ਦੇ ਮਸਲੇ ਸੀਗੇ, ਕਿੱਦਾਂ ਦਾ ਹੱਲ ਲੱਭਿਆ? ਮਤਲਬ ਇਸ ਧਾਰਮਿਕ ਸਥਾਨ ਨੇ ਜਿੱਥੇ ਕਿ ਉਹ ਆਪਣਾ ਅਕੀਦਾ ਵੀ ਜਿਹੜਾ ਸੀਗਾ ਪ੍ਰਗਟ ਕਰਦੇ ਸੀ, ਆਪਣੀਆਂ ਧਾਰਮਿਕ ਭਾਵਨਾਵਾਂ ਦੀ ਸ਼ਰਧਾ ਵੀ ਪ੍ਰਗਟ ਕਰਦੇ ਸੀ, ਉੱਥੇ ਨਾਲ ਦੀ ਨਾਲ ਇੱਥੋਂ ਜਿਹੜਾ ਮੇਨ ਸੰਘਰਸ਼ ਵੀ ਜਿਹੜਾ ਕੈਨੇਡੀਅਨ ਵਿਤਕਰੇ ਦੇ ਖਿਲਾਫ ਜਾਂ ਕੈਨੇਡੀਅਨ ਜਿਹੜੀ ਘਾਲਣਾ ਕਾਲੀ ਉਹਦੇ ਖਿਲਾਫ ਲੜਿਆ, ਉਹਦੇ ਬਾਰੇ ਦੱਸੋ ਜੀ, ਕੀ ਯੋਗਦਾਨ ਰਿਹਾ ਇਸ ਗੁਰਦੁਆਰਾ ਸਿੱਖ ਟੈਂਪਲ ਦਾ ਜੀ? ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਨਾ ਕਿ ਇਸ ਗੁਰਦੁਆਰੇ ਦਾ ਇੱਕ ਬੜਾ ਹੀ ਸ਼ਾਨਾ ਮੱਤਾ ਇਤਿਹਾਸ ਹੈਗਾ ਜੀ। ਅਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਕਿ ਹੇਠਲੀ ਜਿਹੜੀ ਬੇਸਮੈਂਟ ਸੀਗੀ ਜੀ, ਉੱਤੇ ਠੀਕ ਹੈ ਕੀਰਤਨ ਵੀ ਹੁੰਦਾ ਸੀ, ਪਾਠ ਵੀ ਹੁੰਦਾ ਸੀਗਾ, ਅਤੇ ਉੱਥੇ ਵੀ ਹਿੰਦੂ ਸਿੱਖ ਅਤੇ ਮੁਸਲਮਾਨ ਸਾਰੇ ਇਕੱਠੇ ਮਿਲ ਕੇ ਜਾਂਦੇ ਸਨ। ਮੈਨੂੰ ਯਾਦ ਹੈ ਮੈਂ ਜਦੋਂ ਭਾਈ ਮੇਵਾ ਸਿੰਘ ਹੋਰਾਂ ਦੀ ਜੀਵਨੀ ਲਿਖਦਾ ਪਿਆ ਸੀ, ਤਾਂ ਉਹਦੇ ਵਿੱਚ ਇੱਕ ਜ਼ਿਕਰ ਆਉਂਦਾ ਹੈ ਕਿ ਸ਼ੁਰੂਆਤੀ ਦਿਨਾਂ ਦੇ ਵਿੱਚ ਜਦੋਂ ਅਜੇ ਗੁਰਦੁਆਰਾ ਬਣਿਆ ਹੀ ਸੀ ਨਵਾਂ ਨਵਾਂ, ਅਤੇ ਇੱਕ ਕੋਈ ਮੁਸਲਮਾਨ ਜਿਹੜਾ ਸੀ ਕਿ ਨਹੀਂ ਜੀ, ਉਹ ਆਇਆ ਅਤੇ ਗੁਰਦੁਆਰੇ ਦੇ ਬਾਹਰ ਹੀ ਬੈਠ ਗਿਆ। ਹੈਂ ਠੀਕ ਹੈ। ਤਾਂ ਭਾਈ ਮੇਵਾ ਸਿੰਘ ਨੇ ਉਹਨੂੰ ਕਿਹਾ ਕਿ ਭਾਈ ਤੂੰ ਬਾਹਰ ਕਿਉਂ ਬੈਠਾ, ਤੂੰ ਅੰਦਰ ਕਿਉਂ ਨਹੀਂ ਜਾਂਦਾ? ਅਤੇ ਉਹ ਕਹਿਣ ਲੱਗਾ ਜੀ ਵੀ ਇਹ ਗੁਰਦੁਆਰਾ ਸਿੱਖਾਂ ਦਾ ਹੈ ਅਤੇ ਪਤਾ ਨਹੀਂ ਕਿ ਮੈਂ ਅੰਦਰ ਜਾ ਸਕਦਾ, ਕਿ ਮੇਰਾ ਜਾਣਾ ਠੀਕ ਸਮਝਿਆ ਜਾਵੇ ਜਾਂ ਨਾ ਸਮਝਿਆ ਜਾਵੇ। ਅਤੇ ਭਾਈ ਮੇਵਾ ਸਿੰਘ ਨੇ ਉਹਨੂੰ ਉਠਾ ਕੇ ਅਤੇ ਆਪਣੇ ਗੱਲ ਨਾਲ ਲੈ ਲਿਆ, ਉਹਨੇ ਭਾਈ ਇਹ ਤਾਂ ਸਾਡੇ ਗੁਰੂਆਂ ਦੀ ਸਿੱਖਿਆ ਹੈਗੀ ਕਿ ਗੁਰਦੁਆਰਾ ਸਿੱਖਾਂ ਇਕੱਲਿਆਂ ਦਾ ਨਹੀਂ, ਗੁਰਦੁਆਰਾ ਤਾਂ ਸਰਬ ਸਾਂਝੀ ਮਨੁੱਖਤਾ ਦਾ ਹੈ, ਅਤੇ ਇਸ ਕਰਕੇ ਤੂੰ ਉੱਠ, ਇਹ ਗੁਰਦੁਆਰਾ ਜਿੰਨਾ ਮੇਰਾ ਆ ਜਿੰਨਾ ਕਿਸੇ ਹੋਰ ਸਿੱਖ ਦਾ ਉਨਾ ਹੀ ਤੇਰਾ ਹੈ। ਤੋ ਹਿੰਦੂ ਸਿੱਖ ਅਤੇ ਮੁਸਲਮਾਨ ਗੁਰਦੁਆਰੇ ਵੀ ਜਾਂਦੇ ਸਨ, ਉੱਥੇ ਵੀ ਆਪਣੀ ਅਕੀਦਤ ਦਾ ਪ੍ਰਗਟਾਵਾ ਕਰਦੇ ਸੀ, ਅਤੇ ਹੇਠਾਂ ਵੀ ਹਿੰਦੂ ਸਿੱਖ ਅਤੇ ਮੁਸਲਮਾਨ ਬੈਠ ਕੇ ਨਾ ਅਤੇ ਆਪਣੇ ਸਾਂਝੇ ਮਸਲੇ ਵਿਚਾਰਦੇ ਸਨ। ਮਸਲਨ ਜੇ ਸਾਡੇ ਲੋਕਾਂ ਨੂੰ ਇੱਥੋਂ ਕੱਢ ਕੇ ਹਾਂਡੂਰਾਸ ਟਾਪੂ ਵਿੱਚ ਧੱਕਣ ਦਾ ਮਸਲਾ ਆਇਆ,
ਉਹ ਸਾਰੇ ਮਸਲੇ ਵੀ ਇੱਥੇ ਜਿਹੜੇ ਸੀ ਉਹ ਵਿਚਾਰੇ ਗਏ, ਜਾਂ ਜਦੋਂ ਕਾਮਾਗਾਟਾ ਮਾਰੂ ਜਹਾਜ਼ ਆਇਆ ਅਤੇ ਉਸ ਜਹਾਜ਼ ਦੇ ਮੁਸਾਫਰਾਂ ਨੂੰ ਉਤਰਨ ਦੇ ਵਾਸਤੇ ਜਾਂ ਉਹਨਾਂ ਦੇ ਵਾਸਤੇ ਪੈਸੇ ਇਕੱਠੇ ਕਰਨ ਵਾਸਤੇ ਜਾਂ ਉਹ ਸਾਰੇ ਦਾ ਸੰਘਰਸ਼ ਸੀਗਾ ਉਹ ਸਾਰਾ ਇਸ ਥਾਂ ਦੇ ਉੱਤੋਂ ਲੜਿਆ ਗਿਆ, ਜਾਂ ਆਪਣੇ ਪਰਿਵਾਰਾਂ ਨੂੰ ਇੱਥੇ ਮੰਗਾਉਣ ਦੀ ਲੜਾਈ ਸੀ ਜਿਹੜੀ ਕਿ ਇੰਡੀਆ ਤੋਂ ਸਾਡੇ ਪਰਿਵਾਰ ਜਿਹੜੇ ਇੱਥੇ ਆਉਣੇ ਚਾਹੀਦੇ ਆ, ਸਾਨੂੰ ਇੱਥੇ ਕੈਨੇਡਾ ਵਿੱਚ ਪਰਿਵਾਰਾਂ ਸਮੇਤ ਰਹਿਣ ਦਾ, ਜਿਉਣ ਦਾ, ਵਸਣ ਦਾ ਅਧਿਕਾਰ ਹੈ, ਉਹ ਵੀ ਇੱਥੋਂ ਲੜੀ ਗਈ। ਔਰ ਖੂਬਸੂਰਤ ਗੱਲ ਇਹ ਹੈਗੀ ਆ ਕਿ ਹਿੰਦੂ ਸਿੱਖ ਅਤੇ ਮੁਸਲਿਮ ਇਤਫਾਕ ਦਾ ਇੱਕ ਲਸਾਨੀ ਮੁਜ਼ਾਹਰਾ ਹੁੰਦਾ ਸੀਗਾ ਇੱਥੇ, ਜਦੋਂ ਮੈਂ ਜ਼ਿਕਰ ਕੀਤਾ ਸੀਗਾ ਕਿ ਇੰਡੀਆ ਵਿੱਚ ਇਹ ਆਪਸ ਵਿੱਚ ਫੁੱਟ ਦੇ ਦੰਗੇ ਹੋਏ ਸਨ, ਪਰ ਇੱਥੇ ਉਹ ਸਾਰੇ ਇਕੱਠੇ ਹੋਏ ਹੋਏ ਸਨ। ਔਰ ਆਪਣੇ ਮਸਲਮ ਇਹ ਜ਼ਿਕਰ ਆਉਂਦਾ ਹੈ ਕਿ ਗਿਆਨੀ ਕੇਸਰ ਸਿੰਘ ਹੁਣੀ ਉਸ ਹਵਾਲੇ ਨਾਲ ਦੱਸਦੇ ਨੇ, ਕਹਿੰਦੇ ਨੇ ਕਿ ਜਿਹੜੀਆਂ ਮੀਟਿੰਗਸ ਵੀ ਹੁੰਦੀਆਂ ਸਨ ਥੱਲੇ, ਅਤੇ ਮੀਟਿੰਗਸ ਦੇ ਵਿੱਚ ਜੇ ਇਸ ਮੀਟਿੰਗ ਦੀ ਪ੍ਰਧਾਨਗੀ ਭਾਈ ਭਾਗ ਸਿੰਘ ਨੇ ਕੀਤੀ ਆ, ਅਤੇ ਅਗਲੀ ਮੀਟਿੰਗ ਦੀ ਪ੍ਰਧਾਨਗੀ ਜ਼ਰੂਰੀ ਨਹੀਂ ਗਾ ਕਿ ਭਾਈ ਭਾਗ ਸਿੰਘ ਜਾਂ ਕੋਈ ਹੋਰ ਸਿੱਖ ਕਰੇ, ਅਗਲੀ ਵਾਰ ਪੰਡਿਤ ਸੋਹਣ ਲਾਲ ਪਾਠਕ ਜਿਹੜਾ ਉਹ ਮੀਟਿੰਗ ਦੀ ਪ੍ਰਧਾਨਗੀ ਕਰ ਰਿਹਾ, ਉਸ ਤੋਂ ਅਗਲੀ ਮੀਟਿੰਗ ਦੀ ਪ੍ਰਧਾਨਗੀ ਮੁਹੰਮਦ ਅਕਬਰ ਕਰ ਰਿਹਾ, ਉਸ ਤੋਂ ਅਗਲੀ ਮੀਟਿੰਗ ਦੀ ਪ੍ਰਧਾਨਗੀ ਹਸਨ ਰਹੀਮ ਕਰ ਰਿਹਾ, ਮਤਲਬ ਇਹ ਸਾਰੇ ਜਿਹੜੇ ਲੋਕ ਸਨ ਕਿ ਨਹੀਂ, ਇਹ ਜਿਹੜੀ ਸੱਚੀ ਉਹ ਅਸਲ ਵਿੱਚ ਜਿਹਨੂੰ ਆਪਾਂ ਕਹਾਂਗੇ ਨਾ ਕਿ ਜਿਹੜੀ ਸੱਚੀ ਸਿੱਖੀ ਸਪਿਰਿਟ ਸੀਗੀ, ਜਿਹੜੀ ਮਾਨਸ ਕੀ ਜਾਤ ਸਭੇ ਕੇ ਪਹਿਚਾਨ ਉਹਦਾ ਜਿਹੜਾ ਨਾਰਾ ਲਾਉਂਦੀ ਸੀਗੀ, ਉਹਦਾ ਪ੍ਰਗਟਾਵਾ ਜਿਹੜਾ ਸੀ ਕਿ ਨਹੀਂ ਬੜਾ ਖੂਬਸੂਰਤ ਇਸ ਗੁਰਦੁਆਰੇ ਦੇ ਵਿੱਚ ਹੁੰਦਾ ਸੀਗਾ। ਔਰ ਖੂਬਸੂਰਤ ਗੱਲ ਇਹ ਹੈ ਕਿ ਇਹ ਗੁਰਦੁਆਰੇ ਦੇ ਬਾਰੇ ਜਿਹੜੇ ਉਸ ਵੇਲੇ ਦੇ ਇੱਥੋਂ ਦੇ CID ਦੀਆਂ ਰਿਪੋਰਟਾਂ ਨੇ ਜਾਂ ਜਿਹੜੇ ਇੱਥੋਂ ਦੇ ਅੰਗਰੇਜ਼ ਅਧਿਕਾਰੀ ਸਨ ਉਹਨਾਂ ਨੇ ਇਹ ਕਿਹਾ ਸੀਗਾ ਕਿ ਇਹ ਗੁਰਦੁਆਰਾ ਇਕੱਲਾ ਗੁਰਦੁਆਰਾ ਨਹੀਂ, ਇਹ ਤਾਂ ਕਮਿਊਨਿਟੀ ਸੈਂਟਰ ਹੈਗਾ, ਇਹ ਇੱਕ ਤਰੀਕੇ ਦੇ ਨਾਲ ਇਹ ਉਹਨਾਂ ਦਾ ਰੁਜ਼ਗਾਰ ਦਾ ਦਫ਼ਤਰ ਵੀ ਹੈਗਾ, ਰੁਜ਼ਗਾਰ ਦਫ਼ਤਰ ਵੀ ਹੈਗਾ, ਕਿਉਂਕਿ ਜਿਹੜੇ ਲੋਕ ਆਉਂਦੇ ਨੇ ਇੰਡੀਆ ਤੋਂ ਜਿਨ੍ਹਾਂ ਨੂੰ ਅਜੇ ਕੋਈ ਕੰਮ ਕਾਰ ਨਹੀਂ ਮਿਲਿਆ ਉਹ ਗੁਰਦੁਆਰੇ ਵਿੱਚ ਠਹਿਰ ਸਕਦੇ ਨੇ, ਉੱਥੇ ਰੋਟੀ ਪਾਣੀ ਛਕ ਸਕਦੇ ਨੇ, ਜਿੰਨਾ ਚਿਰ ਤੱਕ ਉਹਨਾਂ ਨੂੰ ਕੋਈ ਕੰਮ ਨਹੀਂ ਗਾ ਲੱਭਦਾ ਉੱਥੇ ਰਹਿ ਸਕਦੇ ਨੇ, ਔਰ ਉਸ ਭਾਈਚਾਰੇ ਦੇ ਲੋਕ ਜਿਹੜੇ ਨੇ ਉਹ ਉਹਨਾਂ ਦੀ ਕੰਮ ਲੱਭਣ ਦੇ ਵਿੱਚ ਵੀ ਮਦਦ ਕਰਦੇ ਨੇ, ਇਹ ਰੁਜ਼ਗਾਰ ਦਫ਼ਤਰ ਦੇ ਤੌਰ ਦੇ ਉੱਤੇ ਹੋ ਗਿਆ। ਅੱਛਾ, ਇੱਕ ਜਿਹੜੀ ਗੱਲ ਹੈ ਨਾ ਇਹ ਤਾਂ ਹੈਗੀ ਆ ਜਿਹੜਾ ਇਨਸਾਨੀ ਭਾਈਚਾਰੇ ਦੀ ਗੱਲ, ਇੱਕ ਮੈਂ ਹੋਰ ਤੁਹਾਡੇ ਨਾਲ ਗੱਲ ਸਾਂਝੀ ਖੂਬਸੂਰਤ ਜਿਹੜੀ ਆ ਉਹ ਕਰਨੀ ਚਾਹਾਂਗਾ ਕਿ ਜਿਹੜੀਆਂ ਸਿੱਖੀ ਰਵਾਇਤਾਂ ਨੇ ਨਾ ਜੀ, ਉਹਨਾਂ ਦੀ ਵੀ ਜਿਹੜੀ ਕਿਵੇਂ ਸ਼ਾਨਦਾਰ ਢੰਗ ਦੇ ਨਾਲ ਪਾਲਣਾ ਹੁੰਦੀ ਸੀ ਇੱਥੇ ਜੀ, ਉਹਦਾ ਵੀ ਤੁਹਾਡੇ ਨਾਲ ਜ਼ਿਕਰ ਕਰਦਾ ਜਾਵਾਂ ਕਿ ਜਿਹੜੀ ਖਾਲਸਾ ਦੀਵਾਨ ਸੁਸਾਇਟੀ ਸੀ ਉਹ ਤਾਂ ਸੀਗੀ ਐਗਜੈਕਟਿਵ ਬਾਡੀ ਜਿਹੜੀ ਗੁਰਦੁਆਰੇ ਦਾ ਪ੍ਰਬੰਧ ਚਲਾਉਂਦੀ ਸੀਗੀ, ਠੀਕ ਹੈ, ਉਹਦੀ ਚੋਣ ਤਾਂ ਜਿਹੜੇ ਮੈਂਬਰ ਸਨ ਉਹ ਮਿਲ ਕੇ ਵੋਟਾਂ ਦੇ ਨਾਲ ਕਰਦੇ ਸੀਗੇ ਜੀ, ਭਾਵੇਂ ਕਿ ਖਾਲਸਾ ਦੀਵਾਨ ਸੁਸਾਇਟੀ ਦਾ ਜਿਹੜਾ ਵਿਧਾਨ ਹੈ ਉਹਦੇ ਵਿੱਚ ਜਿਹੜਾ ਗੁਰਦੁਆਰੇ ਦਾ ਹੈੱਡ ਗ੍ਰੰਥੀ ਹੈ ਨਾ ਜੀ, ਉਹਦੀ ਚੋਣ ਦਾ ਕੋਈ ਖਾਸ ਵਿਧੀਵਤ ਤਰੀਕਾ ਲਿਖਿਆ ਨਹੀਂ ਗਿਆ, ਠੀਕ ਹੈ, ਪਰ ਉਸ ਵੇਲੇ ਜਿਹੜਾ ਸਭ ਤੋਂ ਪਹਿਲਾ ਹੈੱਡ ਗ੍ਰੰਥੀ ਇਸ ਗੁਰਦੁਆਰੇ ਦਾ ਥਾਪਿਆ ਗਿਆ, ਜਿਹੜਾ ਬਹੁਤ ਵੱਡਾ ਦੇਸ਼ ਭਗਤ ਸੀ, ਅੱਗੇ ਜਾ ਕੇ ਗਦਰ ਲਹਿਰ ਦੇ ਨਾਲ ਜੁੜਿਆ ਔਰ ਉਹਨੇ ਜਾ ਕੇ ਸ਼ਹਾਦਤ ਦਾ ਜਾਮ ਵੀ ਪੀਤਾ ਇੰਡੀਆ ਦੇ ਵਿੱਚ, ਭਾਈ ਬਲਵੰਤ ਸਿੰਘ ਖੁਰਦਪੁਰ ਤੋਂ, ਭਾਈ ਬਲਵੰਤ ਸਿੰਘ ਖੁਰਦਪੁਰ ਜਿਹੜੇ ਸੀਗੇ ਕਿ ਨਹੀਂ, ਉਹਨਾਂ ਦੀ ਜਿਹੜੀ ਚੋਣ ਸੀਗੀ ਉਹ ਸਰਬਸੰਮਤੀ ਦੇ ਨਾਲ ਹੋਈ, ਠੀਕ ਹੈ, ਕਿ ਔਰ ਇਹ ਰਵਾਇਤ ਹੀ ਬਣ ਗਈ ਅੱਗੋਂ ਕਈ ਸਾਲਾਂ ਤੱਕ ਕਿ ਜਿਹੜਾ ਵੀ ਕੋਈ ਗੁਰਦੁਆਰੇ ਦਾ ਗ੍ਰੰਥੀ ਬਣੇਗਾ ਉਹ ਸਰਬਸੰਮਤੀ ਦੇ ਨਾਲ ਬਣੇਗਾ, ਵੋਟਾਂ ਦੇ ਨਾਲ ਨਹੀਂ ਬਣੇਗਾ, ਔਰ ਉਹਨੂੰ ਸੁਪਰੀਮ ਸੰਗਤ ਚੁਣਦੀ ਸੀ ਜਿਹਨੂੰ ਆਪਾਂ ਸਰਬੱਤ ਖਾਲਸਾ ਵੀ ਕਹਿ ਸਕਦੇ ਹਾਂ, ਔਰ ਉਹ ਸੰਗਤ ਹੀ ਉਹਨੂੰ ਹਟਾ ਸਕਦੀ ਸੀ, ਠੀਕ ਹੈ, ਐਗਜ਼ੈਕਟਿਵ ਬਾਡੀ ਜਿਹੜੀ ਸੀ ਖਾਲਸਾ ਦੀਵਾਨ ਸੁਸਾਇਟੀ ਦੀ ਉਹ ਉਹਨਾਂ ਨੂੰ ਨਹੀਂ ਸੀ ਹਟਾ ਸਕਦੀ। ਔਰ ਅਗਲੇ ਸਮੇਂ ਦੇ ਵਿੱਚ ਜਦੋਂ ਕੁਝ ਇਸ ਤਰ੍ਹਾਂ ਦੇ ਮੌਕੇ ਵੀ ਆਏ ਜਦੋਂ ਕਿ ਭਾਈ ਬਲਵੰਤ ਸਿੰਘ ਨੂੰ ਇੰਡੀਆ ਵੀ ਜਾਣਾ ਪਿਆ ਸੀ ਆਪਣਾ ਇੱਕ ਵਫਦ ਲੈ ਕੇ, ਅਤੇ ਉਸ ਵੇਲੇ ਜਦੋਂ ਉਹਨਾਂ ਦੀ ਥਾਂ ਉੱਤੇ ਕਿਸੇ ਬੰਦੇ ਨੂੰ ਬਿਠਾਉਣਾ ਸੀ ਗ੍ਰੰਥੀ ਬਣਾ ਕੇ, ਅਤੇ ਉਦੋਂ ਪ੍ਰੋਫੈਸਰ ਤੇਜਾ ਸਿੰਘ ਵਰਗੇ ਨਾਮਣੇ ਵਾਲੇ ਜਿਹੜੇ ਸਿੱਖ ਸਨ ਉਹਨਾਂ ਦੇ ਉੱਤੇ ਵੀ ਸਰਬਸੰਮਤੀ ਨਹੀਂ ਸੀ ਹੋਈ, ਅਤੇ ਭਾਈ ਬਲਵੰਤ ਸਿੰਘ ਨੂੰ ਕਿਹਾ ਸੀ ਕਿ ਤੂੰ ਆਪਣੀ ਥਾਂ ਦੇ ਉੱਤੇ ਕਿਸੇ ਨੂੰ ਬਣਾ ਜਾ, ਜਿੰਨਾ ਚਿਰ ਤੱਕ ਬਣਾਉਣਾ ਅਤੇ ਆ ਕੇ ਤੂੰ ਹੀ ਸਾਂਭੇਗਾ। ਫਿਰ ਭਾਈ ਬਲਵੰਤ ਸਿੰਘ ਨੇ ਜਿਹੜਾ ਸੀ ਉਹ ਆਪਣੀ ਥਾਂ ਦੇ ਉੱਤੇ ਭਾਈ ਵਰਿਆਮ ਸਿੰਘ ਨੂੰ ਨਿਯੁਕਤ ਕੀਤਾ ਸੀਗਾ, ਅਤੇ ਨਾਲ ਉਹਨੇ ਕਿਹਾ ਸੀ ਕਿ ਜਿੰਨਾ ਚਿਰ ਤੱਕ ਮੈਂ ਨਾ ਆਵਾਂ ਉਹਨਾਂ ਚਿਰ ਤੱਕ ਇਹ ਵੀ ਨਹੀਂ ਹਟੇਗਾ
ਅਤੇ ਨਾਲ ਦੇ ਨਾਲ ਜਿਹੜੀ ਕਮੇਟੀ ਇਸ ਵੇਲੇ ਖਾਲਸਾ ਦੀਵਾਨ ਸੁਸਾਇਟੀ ਹੈਗੀ ਇਹਦੀ ਵੀ ਉਨ੍ਹਾਂ ਚਿਰ ਤੱਕ ਨਵੀਂ ਚੋਣ ਨਹੀਂ ਹੋਵੇਗੀ ਔਰ ਇਸ ਤਰੀਕੇ ਦੇ ਨਾਲ ਗ੍ਰੰਥੀ ਦਾ ਜਿਹੜਾ ਸੀ ਕਿ ਨਹੀਂ ਉਹ ਸਨਮਾਨ ਕੀਤਾ ਜਾਂਦਾ ਸੀ ਅਤੇ ਸਰਬਸੰਮਤੀ ਦੇ ਨਾਲ ਹੀ ਚੁਣਿਆ ਜਾਂਦਾ ਸੀ ਸੁਪਰੀਮ ਸੰਗਤ ਹੀ ਉਹਨੂੰ ਚੁਣਦੀ ਸੀ ਸੁਪਰੀਮ ਸੰਗਤ ਹੀ ਉਹਨੂੰ ਹਟਾ ਸਕਦੀ ਸੀ ਇਹ ਇੱਕ ਬੜੀ ਵੱਡੀ ਗੱਲ ਸੀ ਬਿਲਕੁਲ ਡਾਕਟਰ ਸਾਹਿਬ ਕਿਆ ਇਖਲਾਕ ਔਰ ਕਿਆ ਕਦਰਾਂ ਕੀਮਤਾਂ ਵਾਲੇ ਸੀ ਉਹ ਲੋਕ ਗੱਲਾਂ ਬਾਤਾਂ ਆਪਾਂ ਹੋਰ ਵੀ ਕਰਾਂਗੇ ਪਰ ਦੋਸਤੋ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਬ੍ਰੇਕ ਕਿਧਰੇ ਜਾਇਓ ਨਾ ਬ੍ਰੇਕ ਤੋਂ ਬਾਅਦ ਵਾਪਸ ਪਰਤਦੇ ਹਾਂ ਖਬਰਾਂ ਦੇ ਇਸ ਬੁਲੇਟਿਨ ਵਿੱਚ ਮੈਂ ਹਾਂ ਚਮਨ ਕੁਮਾਰ ਅੱਜ ਦੇ ਪ੍ਰੋਗਰਾਮ ਮੁੱਦੇ ਗੱਡੇ ਰਹਿਣਗੇ ਭਾਗ ਲੈਣ ਲਈ ਮੇਰੇ ਨਾਲ ਨੇ ਸ਼੍ਰੀ ਪੰਗਾ ਜੇ ਇੰਨੇ ਸਾਲਾਂ 'ਚ ਟੀਵੀ ਸੈੱਟ ਬਦਲ ਸਕਦਾ ਹੈ ਤਾਂ ਟੀਵੀ ਪ੍ਰੋਗਰਾਮ ਕਿਉਂ ਨਹੀਂ ਹੁਣ ਪ੍ਰਾਈਮ ਏਸ਼ੀਆ ਟੀਵੀ ਲੈ ਕੇ ਆਇਆ ਉਹ ਚੇਂਜ ਮੈਂ ਹਾਂ ਜੁਗਰਾਜਦੀਪ ਸਿੰਘ ਖਬਰ ਕੋਈ ਵੀ ਹੋਵੇ ਅਸੀਂ ਦਿੰਦੇ ਹਾਂ ਨਿਰਪੱਖਤਾ ਨਾਲ ਕਿਉਂਕਿ ਅਸੀਂ ਰੱਖਦੇ ਹਾਂ ਹਰ ਖਬਰ 'ਤੇ ਪਾਸ ਨਜ਼ਰ ਅਤੇ ਮੈਂ ਹਾਂ ਜਤਿੰਦਰ ਪੰਨੂ ਮੁੱਦੇ ਜਾਂ ਘਟਨਾਵਾਂ ਧਾਰਮਿਕ ਜਾਂ ਇਤਿਹਾਸਿਕ ਖੋਲਣ ਦਾ ਕੰਮ ਸਾਡਾ ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਮੈਂ ਹਾਂ ਹਰਮਨਥਨ ਤੇ ਤਵਾ ਜਿਵੇਂ ਅਸੀਂ ਲਾਉਂਦੇ ਹਾਂ ਕੋਈ ਨਹੀਂ ਲਾਉਂਦਾ ਮੈਂ ਪ੍ਰਿਥੀਪਾਲ ਸਿੰਘ ਸੋਹੀ ਮੈਂ ਲੈ ਕੇ ਆਵਾਂਗਾ ਖਬਰਾਂ ਤੇ ਤਬਸਰਾ ਲਾਈਟਸ ਕੈਮਰਾ ਐਕਸ਼ਨ ਐਂਟਰਟੇਨਮੈਂਟ ਬਿਯੋਂਡ ਇਮੇਜਿਨੇਸ਼ਨ ਮੈਂ ਰੂਪ ਕੌਰ ਲੈ ਕੇ ਆਵਾਂਗੀ ਗਲੈਮਰ ਦੀ ਦੁਨੀਆ ਦੇ ਰਾਜ਼ ਕਿਉਂਕਿ ਟੈਨਸ਼ਨਸ ਐਂਡ ਸਟ੍ਰੈਸ ਤੋਂ ਦੂਰ ਐਂਟਰਟੇਨਮੈਂਟ ਵੀ ਚਾਹੀਦਾ ਹਜ਼ੂਰ ਮੈਂ ਹਾਂ ਸਵਰਨ ਸਿੰਘ ਟੈਣਾ ਬਹੁਤ ਵਿਸ਼ਾਲ ਹੈ ਖਬਰਾਂ ਦਾ ਇਹ ਸੰਸਾਰ ਤੇ ਹਰ ਖਬਰ ਵਿਚਲੀ ਖਬਰ ਦੀ ਖਬਰ ਲੈਂਦੇ ਹਾਂ ਅਸੀਂ ਸੁਪਨ ਸੰਧ ਦੇ ਸੰਗ ਤੁਸੀਂ ਮਾਣੋਗੇ ਸਾਹਿਤ ਇਤਿਹਾਸ ਤੇ ਸੱਭਿਆਚਾਰ ਦੇ ਰੰਗ ਮੈਂ ਹਾਂ ਅਵਨੀਤ ਸਿੰਘ ਤੇਜਾ ਪ੍ਰਾਈਮ ਇਲੈਕਸ਼ਨ ਵਿੱਚ ਨੇਤਾਵਾਂ ਦੇ ਦਾਅਵਿਆਂ ਲਾਰਿਆਂ ਅਤੇ ਸਿਆਸੀ ਕੋਲ ਦੇ ਰੈਫਰੀ ਹਾਂ ਅਸੀਂ ਮੇਰਾ ਨਾਮ ਤੂਬਾ ਅੰਜਮ ਹਾਸ਼ਮੀ ਹਮ ਦੇਂਗੇ ਆਪਕੋ ਆਗਾਹੀ ਸਰਹੱਦ ਪਾਰ ਕੇ ਮਾਮਲਾਤ ਕੀ ਹਿੰਦੁਸਤਾਨ ਔਰ ਪਾਕਿਸਤਾਨ ਕੀ ਇਨ ਕ੍ਰਾਈਮ ਪਾਕਿਸਤਾਨ ਮੈਂ ਦਵਿੰਦਰ ਸਿੰਘ ਬੈਨੀਪਾਲ ਤੁਹਾਡੀ ਕਚਹਿਰੀ ਵਿੱਚ ਤੁਹਾਡੇ ਜਜ਼ਬਾਤਾਂ ਨੂੰ ਸਵਾਲ ਬਣਾ ਕੇ ਪੇਸ਼ ਕਰਦਾ ਆਪਣੇ ਮਹਿਮਾਨਾਂ ਅੱਗੇ ਅਸੀਂ ਦਿੰਦੇ ਹਾਂ ਤੁਹਾਡੇ ਜਜ਼ਬਾਤਾਂ ਨੂੰ ਆਵਾਜ਼ ਮਿਹਨਤ ਅਦਾਕਾਰਾਂ ਦੀ ਮਸ਼ਹੂਰੀ ਟੀਵੀ ਤੇ ਅਖਬਾਰਾਂ ਦੀ ਕਰੋੜਾਂ ਲਾ ਕੇ ਫਿਲਮ ਬਣੀ ਪਰ ਤੁਸੀਂ ਵੇਖ ਸਕਦੇ ਹੋ ਜਾਂ ਨਹੀਂ ਦੱਸਾਂਗੀ ਮੈਂ ਕੁਸੁਮ ਕ੍ਰਾਈਮ ਰਿਵਿਊ ਵਿੱਚ ਮੈਂ ਸਪਨ ਮੰਚਨ ਦਾ ਖਬਰਾਂ ਦੀ ਵਧਾਵਾਂਗੇ ਰਫਤਾਰ ਫਿਲਮ ਇੰਡਸਟਰੀ ਦੀ ਵੀ ਲਵਾਂਗੇ ਸਾਰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਹਰ ਫਨਕਾਰ ਚੰਗੇ ਦੀ ਹੋਵੇਗੀ ਪ੍ਰਸ਼ੰਸਾ ਤੇ ਮਾੜੇ ਤੇ ਵੀ ਕਰਾਂਗੇ ਵਿਚਾਰ ਅੰਗਰੇਜ਼ ਤੇ ਅਰਦਾਸ ਵਰਗੀਆਂ ਸੁਪਰ ਹਿੱਟ ਫਿਲਮਾਂ ਨਾਲ ਪੰਜਾਬੀ ਫਿਲਮ ਇੰਡਸਟਰੀ ਨੂੰ ਚੇਂਜ ਕਰਨ ਤੋਂ ਬਾਅਦ ਅਮਨ ਖਟਕਰ ਲੈ ਕੇ ਆਏ ਨੇ ਟੀਵੀ ਦੀ ਦੁਨੀਆ ਵਿੱਚ ਵੱਡੀ ਚੇਂਜ ਪ੍ਰਾਈਮ ਏਸ਼ੀਆ ਟੀਵੀ ਤੁਹਾਡੇ ਸਹਿਯੋਗ ਨਾਲ ਬ੍ਰੇਕ ਤੋਂ ਬਾਅਦ ਪ੍ਰਾਈਮ ਹਿਸਟਰੀ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਬ੍ਰੇਕ ਤੋਂ ਪਹਿਲਾਂ ਡਾਕਟਰ ਵਰਿਆਮ ਸਿੰਘ ਸੰਧੂ ਸਾਨੂੰ ਦੱਸ ਰਹੇ ਸੀਗੇ ਕਿ 1908 ਦੇ ਵਿੱਚ ਵੈਨਕੂਵਰ ਦੇ ਵਿੱਚ ਗੁਰਦੁਆਰਾ ਸਿੱਖ ਟੈਂਪਲ ਸਥਾਪਿਤ ਕਰ ਲਿਆ ਗਿਆ ਅਤੇ ਉੱਥੇ ਸਾਰੇ ਮਜ਼ਹਬਾਂ ਦੇ ਲੋਕ ਹਿੰਦੂ ਮੁਸਲਿਮ ਔਰ ਸਿੱਖ ਉੱਥੇ ਬੈਠਦੇ ਆਪਣੇ ਮੁਸ਼ਕਲਾਂ ਦਾ ਇਲਾਜ ਲੱਭਦੇ ਉਹਦਾ ਹੱਲ ਲੱਭਦੇ ਔਰ ਉਹਨਾਂ ਦੇ ਉੱਚੀਆਂ ਕਦਰਾਂ ਕੀਮਤਾਂ ਦੀ ਉਹਨਾਂ ਦੇ ਚੰਗੇ ਇਖਲਾਕ ਦੀ ਗੱਲਬਾਤ ਆਪਾਂ ਕਰ ਰਹੇ ਸੀਗੇ ਡਾਕਟਰ ਸਾਹਿਬ ਸਾਡੇ ਉਸ ਵੇਲੇ ਦੇ ਜਿਹੜੇ ਸਾਰੇ ਭਾਈਚਾਰੇ ਦੇ ਲੋਕ ਉਹਨਾਂ ਦੀਆਂ ਉੱਚੀਆਂ ਕਦਰਾਂ ਕੀਮਤਾਂ ਉਹਨਾਂ ਦੇ ਇਖਲਾਕ ਦੀ ਗੱਲ ਆਪਾਂ ਕਰ ਰਹੇ ਸੀਗੇ ਹੋਰ ਉਹਨਾਂ ਦੇ ਇਖਲਾਕ ਉਹਨਾਂ ਦੇ ਸੁਭਾਅ ਬਾਰੇ ਥੋੜ੍ਹਾ ਜਿਹਾ ਹੋਰ ਸਾਨੂੰ ਦੱਸੋ ਜੀ ਦੇਖੋ ਜੀ ਅਸਲ 'ਚ ਤਾਂ ਗੱਲ ਇਹ ਹੈ ਕਿ ਉਹਨਾਂ ਦੇ ਕਿਰਦਾਰ ਦੀ ਜਿਹੜੀ ਇਹ ਬੁਲੰਦੀ ਹੈ ਕਿ ਨਹੀਂ ਜੀ ਉਹ ਤਾਂ ਇਤਿਹਾਸ ਦੇ ਵਿੱਚ ਇੱਕ ਰੋਸ਼ਨ ਮਨਾਰ ਵਾਂਗ ਜਗਦੀ ਪਈ ਆ ਠੀਕ ਹੈ ਕਈ ਦਿਸ਼ਾਵਾਂ ਨੇ ਉਹਨਾਂ ਦੇ ਇਖਲਾਕ ਦੀ ਬੁਲੰਦੀ ਦੀਆਂ ਕਿਰਦਾਰ ਦੀ ਬੁਲੰਦੀ ਦੀਆਂ ਜੀ ਉਹਨਾਂ ਦੇ ਵਿੱਚੋਂ ਉਹਨਾਂ ਲੋਕਾਂ ਨੇ ਦੇਸ਼ ਵਾਸਤੇ ਜਾਨਾਂ ਵਾਰੀਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਇੱਧਰ ਨੂੰ ਧਾਈਆਂ ਕੀਤੀਆਂ ਇਹ ਸਾਰੇ ਜਿਹੜੇ ਮਸਲੇ ਸਨ ਉੱਥੇ ਵਿਚਾਰੇ ਗਏ ਉੱਥੇ ਸਾਰੇ ਸੰਘਰਸ਼ ਜਿਹੜੇ ਸੀ ਲਾਮਬੰਦ ਕੀਤੇ ਉਹਨਾਂ ਲੋਕਾਂ ਨੇ ਜਿਹੜੀ ਤੁਸੀਂ ਕਿਰਦਾਰ ਦੀ ਗੱਲ ਕਰਦੇ ਸੀ ਨਾ ਮੈਂ ਭਾਈ ਬਲਵੰਤ ਸਿੰਘ ਦੀ ਗੱਲ ਕਰਦਾ ਪਿਆ ਸੀਗਾ ਕਿ ਭਾਈ ਬਲਵੰਤ ਸਿੰਘ ਨੂੰ ਜਦੋਂ ਇੰਡੀਆ ਨੂੰ ਮੈਂ ਕਿਹਾ ਕਿ ਪਰਿਵਾਰ ਮੰਗਾਉਣ ਦੇ ਵਾਸਤੇ ਇੰਗਲੈਂਡ ਦੀ ਸਰਕਾਰ ਨੂੰ ਅਤੇ ਭਾਰਤ ਦੀ ਸਰਕਾਰ ਨੂੰ ਵਫਦ ਇੱਕ ਮਿਲਣ ਵਾਸਤੇ ਗਿਆ ਸੀਗਾ
उस वफ्त दे विच भाई बलवंत सिंह खुरदपुर जिहड़े ग्रंथी सन इत्थों दे उह मुखी दे तौर ते गए सी। दो बंदे नाल होर सी भाई नारायण सिंह ते नंद सिंह सीरा। ठीक है। तो जदों उन्हां ने जाणा सी ਜ਼ਾਹਰ ਹੈ ਕਿ ਗੁਰਦੁਆਰੇ ਦੇ ਗ੍ਰੰਥੀ ਦੀ ਜਿਹੜੀ ਥਾਂ ਸੀ ਉਹ ਖਾਲੀ ਹੋਣੀ ਸੀਗੀ ਅਤੇ ਮੈਂ ਜ਼ਿਕਰ ਕਰ ਰਿਹਾ ਸੀਗਾ ਪਹਿਲਾਂ ਕਿ ਉਸ ਵੇਲੇ ਪ੍ਰੋਫੈਸਰ ਤੇਜਾ ਸਿੰਘ ਵੀ ਸਿੱਖਾਂ ਦੇ ਬੜੇ ਵੱਡੇ ਆਗੂ ਗਿਣੇ ਜਾਂਦੇ ਸੀਗੇ ਔਰ ਬੜੇ ਵਿਦਵਾਨ ਆਦਮੀ ਸਨ, ਤਾਂ ਉਹਨਾਂ ਦਾ ਨਾਂ ਜਿਹੜਾ ਸੀਗਾ ਪੇਸ਼ ਹੋਇਆ ਗ੍ਰੰਥੀ ਦੇ ਤੌਰ ਉੱਤੇ ਜੀ। ਅਤੇ ਪਰ ਉਹਨਾਂ ਨੂੰ ਸਰਬਸੰਮਤੀ ਨਹੀਂ ਮਿਲੀ, ਜੋ ਸਰਬਸੰਮਤੀ ਨਹੀਂ ਮਿਲੀ ਤਾਂ ਉਹਨਾਂ ਨੂੰ ਆਪਣਾ ਨਾਂ ਵੀ ਡਰਾ ਕਰਨਾ ਪਿਆ। ਹੋਰ ਵੀ ਇੱਕ ਦੋ ਨਾਂ ਪੇਸ਼ ਹੋਏ, ਕਿਸੇ 'ਤੇ ਵੀ ਸਰਬਸੰਮਤੀ ਨਹੀਂ, ਸੁਪਰੀਮ ਸੰਗਤ ਨੇ ਕਿਸੇ ਨੂੰ ਵੀ ਸਰਬਸੰਮਤੀ ਨਾਲ ਪਾਸ ਨਹੀਂ ਕੀਤਾ ਜੀ। ਫਿਰ ਉਹਨਾਂ ਨੇ ਸਰਬਸੰਮਤੀ ਨਾਲ ਭਾਈ ਬਲਵੰਤ ਸਿੰਘ ਨੂੰ ਕਿਹਾ ਵੀ ਤੂੰ ਆਪਣੀ ਥਾਂ ਦੇ ਉੱਤੇ ਕਿਸੇ ਹੋਰ ਬੰਦੇ ਨੂੰ ਨਿਯੁਕਤ ਕਰ ਜਾ। ਪਹਿਲੀ ਗੱਲ ਤਾਂ ਉਹ ਵਫਦ ਜਾਣ ਵਾਸਤੇ ਵੀ, ਜਦੋਂ ਵਫਦ ਜਾਣਾ ਸੀ ਨਾ ਜੀ ਜੀ, ਵਫਦ ਜਾਣ ਵਾਸਤੇ ਵੀ ਤੇਜਾ ਸਿੰਘ ਨੇ ਆਪਣਾ ਨਾਂ ਦਿੱਤਾ ਸੀਗਾ, ਪਰ ਵਫਦ ਕਹਿੰਦਾ ਸੀਗਾ ਵੀ ਤੇਜਾ ਸਿੰਘ ਨਹੀਂ ਜਾਵੇਗਾ। ਸੰਗਤ ਜਿਹੜੀ ਸੀਗੀ ਉਹ ਬਲਵੰਤ ਸਿੰਘ ਦੇ ਨਾਂ 'ਤੇ ਮੁਤਫਿਕ ਹੋਈ ਸੀ। ਠੀਕ ਹੈ। ਬਲਵੰਤ ਸਿੰਘ ਜਿਹੜਾ ਉਹ ਵਫਦ ਦੇ ਵਿੱਚ ਜਾਵੇਗਾ, ਉਹ ਅਗਵਾਈ ਕਰੇਗਾ। ਅਤੇ ਬਲਵੰਤ ਸਿੰਘ ਦੇ ਨਿਰਮਾਣ ਤੱਕ ਦੇਖੋ, ਉਹ ਕਹਿੰਦਾ ਨਹੀਂ ਜੀ, ਮੇਰੇ ਨਾਲੋਂ ਵੱਧ ਪੜ੍ਹੇ ਲਿਖੇ ਅਤੇ ਸਿਆਣੇ ਬੰਦੇ ਹੋਰ ਨੇ, ਤੁਸੀਂ ਉਹਨਾਂ ਨੂੰ ਭੇਜੋ। ਮਤਲਬ ਅੱਜ ਕੱਲ੍ਹ ਤਾਂ ਲੋਕ ਚੌਧਰਾਂ ਦੇ ਪਿੱਛੇ ਭੱਜਦੇ, ਤਾਂ ਉਹ ਕਹਿੰਦੇ ਵੀ ਕਿਸੇ ਹੋਰ ਨੂੰ ਭੇਜੋ। ਪਰ ਸੰਗਤ ਦਾ ਹੁਕਮ ਸੀਗਾ, ਉਹ ਨਹੀਂ ਵੀ ਤੈਨੂੰ ਸੰਗਤ ਦਾ ਹੁਕਮ ਮੰਨਣਾ ਪਊਗਾ। ਅਤੇ ਉਹਨੇ ਫਿਰ ਸੰਗਤ ਦਾ ਹੁਕਮ ਜਿਹੜਾ ਸੀ ਸਿਰ ਮੱਥੇ ਮੰਨਿਆ। ਅਤੇ ਫਿਰ ਜਿਵੇਂ ਮੈਂ ਦੱਸਿਆ ਸੀ, ਉਹਨੇ ਕਿਹਾ ਵੀ ਫਿਰ ਜੇ ਮੈਨੂੰ ਸੰਗਤ ਨੇ ਹੁਕਮ ਦਿੱਤਾ ਹੈ ਨਾ ਅਤੇ ਮੈਂ ਹੀ ਜਾਵਾਂ, ਅਤੇ ਫਿਰ ਇਹ ਆ ਕਿ ਮੇਰੇ ਮਗਰੋਂ ਜਿਹੜਾ ਨਾ ਜਿਹੜਾ ਗ੍ਰੰਥੀ ਆ ਉਹ ਭਾਈ ਬਰਿਆਮ ਸਿੰਘ ਹੋਵੇਗਾ। ਅਤੇ ਨਾਲ ਦੇ ਨਾਲ ਜਿਹੜੀ ਕਮੇਟੀ ਹੁਣ ਹੈਗੀ ਆ ਨਾ ਖਾਲਸਾ ਦੀਵਾਨ ਸੁਸਾਇਟੀ, ਇਹ ਉਹਨਾਂ ਚਿਰ ਬਦਲੀ ਨਾ ਜਾਵੇ ਜਿੰਨਾ ਚਿਰ ਤੱਕ ਮੈਂ ਵਾਪਸ ਨਾ ਆਵਾਂ। ਔਰ ਸੰਗਤ ਨੇ ਉਹਦੀ ਗੱਲ ਜਿਹੜੀ ਸੀ ਇਹ ਪ੍ਰਵਾਨ ਕੀਤੀ। ਉਹ ਵਫਦ ਦੀ ਕਹਾਣੀ ਇੱਕ ਵੱਖਰੀ, ਉਹ ਬਾਅਦ ਵਿੱਚ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ। ਇਸ ਤੋਂ ਅੱਗੇ ਜਾ ਕੇ ਇੱਕ ਹੋਰ ਮਿਸਾਲ ਆਉਂਦੀ ਹੈ, ਜਦੋਂ ਪੰਜਾਬ ਦੇ ਵਿੱਚ ਗੁਰਦੁਆਰਿਆਂ ਦੀ ਲਹਿਰ ਚੱਲ ਰਹੀ ਸੀ ਕਾਫੀ ਸਾਲ ਬਾਅਦ। ਠੀਕ ਹੈ। ਤਾਂ ਅਕਾਲੀ ਲਹਿਰ ਜਦੋਂ ਜੈਤੋਂ ਦਾ ਮੋਰਚਾ ਸੀ ਨਾ ਲੱਗਾ ਹੋਇਆ, ਅਤੇ ਇੱਥੋਂ ਵੀ ਕਨੇਡਾ ਤੋਂ ਵੀ ਇੱਕ ਜਥਾ ਜਿਹੜਾ ਸੀਗਾ ਕਿ ਨਹੀਂ ਸ਼ਹੀਦੀ ਜਥਾ, ਉਸ ਮੋਰਚੇ ਵਿੱਚ ਹਿੱਸਾ ਲੈਣ ਵਾਸਤੇ ਗਿਆ ਸੀ। ਭਾਈ ਭਗਵਾਨ ਸਿੰਘ ਦਸਾਂਝ ਉਸ ਵੇਲੇ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਹੁੰਦੇ ਸੀਗੇ। ਠੀਕ ਹੈ। ਔਰ ਜਦੋਂ ਉਹਨਾਂ ਨੇ ਜਾਣਾ ਸੀਗਾ ਅਤੇ ਉਦੋਂ ਪਹਿਲਾਂ ਦੀ ਗੱਲ ਹੈਗੀ ਜਦੋਂ ਬਣੇ, ਅਤੇ ਉਦੋਂ ਗ੍ਰੰਥੀ ਜਿਹੜਾ ਸੀ ਕਿ ਨਹੀਂ ਗ੍ਰੰਥੀ ਦੀ ਜਿਹੜੀ ਸੀਗੀ ਚੋਣ ਕਰਨੀ ਸੀਗੀ, ਅਤੇ ਗ੍ਰੰਥੀ ਦੇ ਉੱਤੇ ਸਹਿਮਤੀ ਨਹੀਂ ਸੀ ਹੁੰਦੀ, ਕਈ ਨਾਂ ਆਏ। ਅਤੇ ਭਾਈ ਭਗਵਾਨ ਸਿੰਘ ਦਸਾਂਝ ਜਿਹੜਾ ਖਾਲਸਾ ਦੀਵਾਨ ਸੁਸਾਇਟੀ ਦਾ ਪ੍ਰਧਾਨ ਸੀਗਾ ਜੀ, ਉਹਨੇ ਫਿਰ ਇਹ ਕਿਹਾ ਵੀ ਜੇ ਸੰਗਤ ਹੁਕਮ ਦੇਵੇ ਅਤੇ ਮੈਂ ਬਿਨਾਂ ਕੁਛ ਲੈ ਦਿੱਤੇ ਤੋਂ ਪ੍ਰਧਾਨਗੀ ਵੀ ਕਰੂੰਗਾ ਅਤੇ ਨਾਲ ਦੇ ਨਾਲ ਮੈਂ ਗ੍ਰੰਥੀ ਦੀ ਸੇਵਾ ਵੀ ਕਰੂੰਗਾ, ਅਤੇ ਇਹਦੇ ਵਿੱਚੋਂ ਮੈਂ ਇੱਕ ਵੀ ਪੈਸਾ ਨਹੀਂ ਲਊਂਗਾ, ਅਤੇ ਨਾਲ ਦੇ ਨਾਲ ਆਪਣੀ ਫੈਕਟਰੀ ਵਿੱਚ ਮਿੱਲ ਵਿੱਚ ਵੀ ਮੈਨੂੰ ਸੰਗਤ ਜਿਹੜੀ ਕੰਮ ਕਰਨ ਦੀ ਆਗਿਆ ਦੇਵੇ ਅਤੇ ਮੈਂ ਉਸ ਤਰ੍ਹਾਂ ਆਪਣੀ ਕਮਾਈ ਕਰਾਂਗਾ। ਤਾਂ ਇਹ ਤਾਂ ਉਹਨਾਂ ਲੋਕਾਂ ਦੇ ਕਿਰਦਾਰ ਸੀਗੇ। ਉਦੋਂ ਬਾਅਦ ਵੈਸੇ ਕਹਿੰਦੇ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਰਵਾਇਤ ਜਿਹੜੀ ਸੀ ਬਦਲ ਗਈ, ਅਤੇ ਉਹ ਰਵਾਇਤ ਬਦਲਣ ਦੇ ਨਾਲ ਫਿਰ ਆ ਗ੍ਰੰਥੀ ਜਿਹੜਾ ਸੀ ਉਹ ਹਾਇਰ ਵੀ ਕੀਤੇ ਜਾਣ ਲੱਗ ਪਏ। ਪਰ ਉਸ ਵੇਲੇ ਤੱਕ ਜਦੋਂ ਇਹ ਦੌਰ ਸੀਗਾ ਉਦੋਂ ਸਰਬਸੰਮਤੀ ਦੇ ਨਾਲ ਜਿਹੜਾ ਸੀ ਗ੍ਰੰਥੀ ਦੀ ਚੋਣ ਕੀਤੀ ਜਾਂਦੀ। ਇੱਕ ਹੋਰ ਗੱਲ ਨਾਲ ਮੈਂ ਸਾਂਝੀ ਕਰਨੀ ਚਾਹਾਂਗਾ ਕਿ ਸਿਰਫ ਇਹੋ ਗੁਰਦੁਆਰਾ ਨਹੀਂ ਬਣਾਇਆ ਗਿਆ ਉਸ ਵੇਲੇ, ਫਿਰ ਨਾਲ ਦੇ ਨਾਲ ਇੱਕ ਗੁਰਦੁਆਰਾ ਵਿਕਟੋਰੀਆ ਵਿੱਚ ਵੀ ਬਣਿਆ, ਇੱਕ ਬਣਿਆ ਐਬਸਫੋਰਡ ਦੇ ਵਿੱਚ, ਇੱਕ ਬਣਿਆ ਨਿਊ ਵੈਸਟ ਮਿਨਿਸਟਰ ਦੇ ਵਿੱਚ। ਕਿਹੜੇ ਸਾਲਾਂ ਦੇ ਵਿੱਚ ਬਣੇ ਫਿਰ ਜੀ? ਇਹ ਬਸ ਸਾਲ ਸਾਲ ਦੋ ਦੋ ਸਾਲ ਦੇ ਫਰਕ ਦੇ ਨਾਲ ਬਣੇ ਇਹ ਗੁਰਦੁਆਰੇ ਜਿਹੜੇ ਸੀ ਨਾ। ਠੀਕ ਹੈ। ਅਤੇ ਖੂਬਸੂਰਤ ਗੱਲ ਇਹ ਸੀ ਕਿ ਇੱਥੇ ਵੀ ਉਹਨਾਂ ਨੇ ਇੱਕ ਨਵਾਂ ਇਤਿਹਾਸ ਸਿਰਜਿਆ, ਅਤੇ ਸ਼੍ਰੋਮਣੀ ਕਮੇਟੀ ਅਜੇ ਬਣੀ ਨਹੀਂ ਸੀ ਪੰਜਾਬ ਦੇ ਵਿੱਚ। ਠੀਕ ਹੈ। ਪਰ ਸ਼੍ਰੋਮਣੀ ਕਮੇਟੀ ਦਾ ਇੱਕ ਮਾਡਲ ਉਹਨਾਂ ਨੇ ਉਹਨਾਂ 8 ਤੇ 10 ਦੇ ਸਾਲਾਂ ਵਿੱਚ ਸਾਡੇ ਸਾਹਮਣੇ ਪੇਸ਼ ਕਰਕੇ ਰੱਖ ਦਿੱਤਾ। ਮਤਲਬ ਜਿਹੜੀਆਂ ਇਹਨਾਂ ਗੁਰਦੁਆਰੇ ਦੀ ਸਥਾਨਕ ਕਮੇਟੀਆਂ ਸੀ ਨਾ, ਉਹਨਾਂ ਸਥਾਨਕ ਕਮੇਟੀਆਂ ਵਿੱਚੋਂ ਦੋ ਬੰਦੇ ਜਿਹੜੀ ਸੈਂਟਰਲ ਕਮੇਟੀ ਸੀ ਵੈਨਕੂਵਰ ਦੀ ਉਹਦੇ ਵਿੱਚ ਐਗਜ਼ੈਕਟਿਵ ਵਿੱਚ ਲੈ ਲਏ ਜਾਂਦੇ ਸੀ, ਅਤੇ ਕੰਟਰੋਲ ਜਿਹੜਾ ਸੀ ਨਾ ਸਥਾਨਕ ਕਮੇਟੀ ਦੀ ਸਲਾਹ ਦੇ ਨਾਲ ਉਹਦੇ ਉੱਤੇ ਕੰਟਰੋਲ ਜਿਹੜਾ ਸੀਗਾ ਉਹ ਵੈਨਕੂਵਰ ਦੀ ਖਾਲਸਾ ਦੀਵਾਨ ਸੁਸਾਇਟੀ ਚੌਂਕ ਗੁਰਦੁਆਰਿਆਂ ਦਾ ਰੱਖ, ਜਿਵੇਂ ਸ਼੍ਰੋਮਣੀ ਕਮੇਟੀ ਦੇ ਅਧੀਨ ਸਾਰੇ ਗੁਰਦੁਆਰੇ ਨੇ ਨਾ, ਇਸ ਤਰੀਕੇ ਨਾਲ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਅਧੀਨ ਹੀ ਸਾਰੇ ਗੁਰਦੁਆਰੇ ਸੀ, ਪਰ ਸਥਾਨਕ ਕਮੇਟੀ ਨੂੰ ਪੂਰਾ ਮਾਣ ਅਤੇ ਸਤਿਕਾਰ ਜਿਹੜਾ ਸੀ ਦਿੱਤਾ ਜਾਂਦਾ ਸੀ, ਔਰ ਉੱਥੋਂ ਦੇ ਦੋ ਪ੍ਰਤੀਨਿਧ ਜਿਵੇਂ ਮੈਂ ਦੱਸਿਆ ਐਗਜ਼ੈਕਟਿਵ ਬੋਡੀ ਦੇ ਵਿੱਚ ਵੀ ਸ਼ਾਮਿਲ ਹੁੰਦੇ ਸਨ। ਤੋ ਇਸ ਤਰੀਕੇ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਆਉਣ ਵਾਲੀ ਸ਼੍ਰੋਮਣੀ ਕਮੇਟੀ ਸੀਗੀ ਉਹ ਬਣਨ ਦੇ ਵਾਸਤੇ ਉਹਨਾਂ ਨੇ ਇੱਕ ਆਧਾਰ ਸ਼ਿਲਾ, ਇੱਕ ਨੀਂਹ ਜਿਹੜੀ ਸੀ ਉਹ ਤਿਆਰ ਕਰ ਦਿੱਤੀ, ਇੱਕ ਮਾਡਲ ਦੇ ਦਿੱਤਾ ਕਿ ਹਿੰਦੁਸਤਾਨ ਦੇ ਵਿੱਚ ਵੀ ਜਿਹੜੇ ਗੁਰਦੁਆਰੇ ਨੇ ਉਹਨਾਂ ਦੀ ਸਾਂਭ ਸੰਭਾਲ ਕਰਨ ਵਾਸਤੇ ਇਸ ਤਰ੍ਹਾਂ ਦੀ ਕਮੇਟੀ ਬਣਾਈ ਜਾ ਸਕਦੀ ਹੈ ਜੀ। ਔਰ ਫਿਰ ਜਦੋਂ ਸ਼੍ਰੋਮਣੀ ਕਮੇਟੀ ਬਣ ਜਾਂਦੀ ਹੈ ਨਾ, ਅਤੇ ਸ਼੍ਰੋਮਣੀ ਕਮੇਟੀ ਕਿਹੜੇ ਸਾਲ ਦੇ ਵਿੱਚ ਬਣ, ਸ਼੍ਰੋਮਣੀ ਕਮੇਟੀ 1920 ਦੇ ਸਾਲਾਂ ਵਿੱਚ ਫਿਰ ਆ ਕੇ ਬਣਦੀ ਹੈ। ਠੀਕ ਹੈ ਜੀ।
जो श्रोमणी कमेटी बनती है तो उस कमेटी की जी एग्जैक्टिव बॉडी सी जी उस वेले जिहड़ा भाई मित सिंह पंडोरी सीगे वो खालसा दीवान सोसायटी का जो सिख टैंपल सीगे उदों वो ग्रंथी सन। ठीक है, भाई मेवा सिंह जदों शहादत प्राप्त करते हैं उदों भी उही सन ग्रंथी ते वो लंबा समा ग्रंथी रह रहे थे। वो जिहड़े भाई मित सिंह पंडोरी वाले सन ना उन्हां नूं श्रोमणी कमेटी की एग्जैक्टिव बॉडी के भी खालसा दीवान सोसायटी के प्रतिनिधि वजो शामिल किया गया सीगा। तो इस तरीके दे नाल एक जिहड़ी रवायत सी ना इस गुरद्वारे की वो एक इतिहासिक रवायत भी जिहड़ी वो बनती है सिख पंथ के वास्ते भी गुरद्वारा जिहड़ा उन्हां दा प्रबंध गुरद्वारे चलाउण वास्ते उहदे वास्ते भी मार्गदर्शन का काम करती है और हिंदू सिख ते मुसलिम एकता का एक जिहड़ा खूबसूरत इतफाक का जिहड़ा जलाओ सीगा वो जिन्नी खूबसूरती नाल इस गुरद्वारे दे विच प्रगट होया और जिस तरीके दे नाल जिस अंदाज दे विच इन्हां ने इत्थे अनेक संघर्ष लड़े उहदी कहानी जिहड़ी आ उह आउण वाले जिहड़ा वी सांझी कीती जा सकदी। बिल्कुल डॉक्टर साहब, जिहड़ियां तुसीं इह इनफॉर्मेशन जिहड़ी जानकारी सानूं दे रहे हो मेरे लई जिहड़ी है जी बिल्कुल नवीं नवीं आई है और मेरे सारे श्रोतियां वास्ते भी हो सकदा जिन्हों नहीं पता ये सारी सिख इतिहास की जां साडे जिहड़े है जी कैनेडियन संघर्ष की जिहड़ी कहानी है तुहाडे वास्ते भी नवीं होएगी। सो डॉक्टर साहब समा सानूं होर इजाजत नहीं दे रहा, सो ये गल्लां बातां जिहड़ियां ने इतिहास दियां आपां जारी रखांगे पर अगले प्रोग्राम तक। सो दोस्तो हुण सानूं दिओ इजाजत ते अगले प्रोग्राम तक तुसीं उडीक करनी होर नवी डूंगी दिलचस्प वडमुली जानकारी लैके डॉक्टर वरियाम सिंह संधू प्राइम हिस्टरी दे विच फिर हाजिर होणगे। तद तक लई सानू दिओ इजाजत। डॉक्टर साहब तुहाडा बहुत बहुत धन्यवाद, बहुत बहुत शुक्रिया, बहुत मेहरबानी, सत श्री अकाल जी।